ਸਾਹਬਾਂ ਨੂੰ ਕਾਫਰ ਕਹਿ ਦਿੰਦੇ ਨੇ ਜਾਂ ਅਹਲੇ ਬੈਤ ਦੇ ਉੱਤੇ ਬਕਵਾਸਾਂ ਸ਼ੁਰੂ ਕਰ ਦਿੰਦੇ ਨੇ। ਇਹਨਾਂ ਦੋਵਾਂ ਜ਼ਾਲਮਾਂ ਨੇ ਇੰਨਾ ਨਹੀਂ ਸੋਚਿਆ ਕਿ ਅਹਲੇ ਬੈਤ ਦੇ ਆਪਸ ਦੇ ਅੰਦਰ ਤਨਾਜ਼ੁਆਤ ਜਿਹੜੇ ਨੇ ਉਹਨਾਂ ਨੂੰ ਕੀ ਆਖਾਂਗੇ। ਜੇ ਆਖੀਏ ਕਿ ਇਮਾਮ ਦੇ ਮੁਕਾਬਲੇ ਵਿੱਚ ਉੱਠਣ ਵਾਲਾ ਕਾਫਿਰ ਏ, ਇਮਾਮ ਦੇ ਮੁਕਾਬਲੇ ਵਿੱਚ ਆਉਣ ਵਾਲਾ ਕਾਫਿਰ ਏ, ਤੇ ਫਿਰ ਜਿਹੜਾ ਇਮਾਮ ਇਮਾਮ ਦੇ ਮੁਕਾਬਲੇ ਵਿੱਚ ਆਇਆ ਹੈ, ਹੁਣ ਉਹਨਾਂ ਦੋਵਾਂ ਇਮਾਮਾਂ ਦਾ ਕੀ ਕਰਾਂਗੇ। ਇੱਕ ਬਹੁਤ ਬੜਾ ਮਸਲਾ ਹੈ ਜਿਸ ਤੋਂ ਲੋਕ ਬੇਖਬਰ ਨੇ। ਇਹ ਕਹਿ ਦੇਣਾ ਆਸਾਨ ਹੈ ਕਿ ਜੀ ਇਮਾਮ ਦੇ ਮੁਕਾਬਲੇ ਵਿੱਚ ਆਉਣ ਵਾਲਾ ਕਾਫਿਰ ਹੈ, ਤੇ ਹੁਣ ਇੱਥੇ ਕੀ ਬਣੇਗਾ ਕਿ ਇਮਾਮ ਦੇ ਮੁਕਾਬਲੇ ਚ ਅਗਰ ਇਮਾਮ ਆਵੇ, ਮਸਲਨ ਮੈਂ